विधानसभा चोणां 2022 नूं लैके भावें कि आदर्श चोण जापता लग्गिया होया परंतु फिर भी कुछ सियासी लीडरां वल्लों हथियारां नूं जमा ना करवा के पिंडां विच सरेआम गुंडागर्दी करदिआं गोली चला के आदर्श चोण जापते दीआं सरेआम धज्जियां उड़ाईआं जा रहीआं। अजिहा ही मामला सामने आया है जिला तरन तारण अधीन पैंदे पिंड पासरके तों जिथों के मौजूदा कांग्रेस के सरपंच हरदेव सिंह महला वल्लों कणक ना देण नूं लैके होई तकरार दौरान चलाईआं गोलियां विच तीन नौजवानों नूं गंभीर रूप से जख्मी करन दा मामला सामने आया है। पत्रकारों नूं जानकारी दिंदिया दस्सिया कि कणक दीआं कट्टियां पर्चियां नूं लैके सरपंच हरदेव सिंह महला वल्लों कणक वंडी जा रही सी। जद ओह आटा दा स्कीम तहत वंडी जा रही कणक लैण लई पहुंचे तां हरदेव सिंह ने उन्हां नौजवानों ते हमला कर दिता अते अपने हथियार नाल गोलियां चला दित्तियां जिस विच सरपंच वल्लों करीब 6 राउंड फायर किए गए। उत्ते ही इस संबंधी मौके पर पहुंची थाना खालड़ा की पुलिस और जिला तरन तारण के पुलिस अधिकारी विशालजीत सिंह ने मौके पर पहुंच के स्थिति का जायजा लेंदिया पर परिवारिक मैंबर के बयान के आधार पर बनती कार्रवाई करने का भरोसा दिता है। हुण देखना यह होगा कि पुलिस इस मामले संबंधी कोई ठोस कार्रवाई करती है या नहीं। तरन तारण तो गुरमीत सिंह बलटोहा की रिपोर्ट लाइव भारत ਸਾਬਕਾ ਸਰਪੰਚ ਮੈਂ ਹੀ ਨਾ ਇਹਨਾਂ ਕੋਲ ਨਾ ਗਏ ਨਾ ਕਿ ਅਸੀਂ ਮੈਂ ਤਾਂ ਇਹਨਾਂ ਨੂੰ ਵੀਰ ਨੂੰ ਖੜਿਆ ਆਪਦੇ ਨੂੰ ਅਸੀਂ ਇਹਨਾਂ ਕੋਲ ਕੋਈ ਕਣਕ ਪੁੱਛਣ ਕਾਰਡ ਕੁਛ ਆਇਆ ਮੈਂ ਜਾਂ ਤੇ ਸਾਨੂੰ ਕਣਕ ਦੇ ਦੇ ਤੇਰੇ ਕੋਲ ਆਈ ਆ 32 ਕੁਇੰਟਲ ਕਣਕ ਆਈ ਆ ਕਿਉਂਕਿ ਮੈਂ ਡੀਪੂ ਹੋਲਡਰ ਤੋਂ ਉੱਥੋਂ ਬਲਵੀਰ ਸਿੰਘ ਸਰਦਾਰ ਤੋਂ ਪੁੱਛ ਕੇ ਆਇਆ ਸੀ ਉਹਨੇ ਤੁਹਾਡੀ ਸਾਰੀ ਗਈ ਹੋਈ ਉਹਨੇ ਅੱਗੇ ਉੱਥੇ ਰੱਖੀ ਆ ਮੈਂ ਪੁੱਛਿਆ ਤਾਂ ਪਹਿਲਾਂ ਤਾਂ ਆਉਂਦਾ ਮੈਂ ਇੱਧਰ ਉਹਨੂੰ ਦੇਣੀ ਜਿਹੜਾ ਕਾਰਡ ਤੂੰ ਤਾਂ ਦੂਜੇ ਬੰਨੇ ਤੁਰਿਆ ਕਰਦਾ ਮਹਾਂ ਇਹ ਨਹੀਂ ਗੱਲ ਹੁੰਦੀ ਮਹਾਂ ਕੱਲ੍ਹ ਤੂੰ ਘਰੋਂ ਦੇਣੀ ਆ ਮੈਂ ਇਹ ਗੱਲ ਕੀਤੀ ਆਂਦਾ ਗੜਮ ਉੱਤਾਂ ਨਾਲ ਮੇਰੇ ਨਾਲ ਹੋਰ ਤਾਂ ਗੜਮ ਇਹਨੇ ਕਹਿੰਦਾ ਜਾਂ ਜਿਹਦਾ ਮਰਜ਼ੀ ਫੜਦਾ ਗੜਮ ਨੇ ਮੈਨੂੰ ਗਾਲ ਕੱਢੀ ਆ ਗਾਲ ਕੱਢ ਕੇ ਇਹਨਾਂ ਦਾ ਅੰਦਰੋਂ ਟੱਪਰ ਸਾਰਾ ਆਣ ਕੇ ਇਹਨਾਂ ਸਾਡੇ ਦੋਵਾਂ ਦੇ ਗਲ ਪੈ ਗਏ ਮੁੜ ਕੇ ਇਹ ਵੀ ਨਾਲ ਗਈ ਇਹਨਾਂ ਮੁੜ ਕੇ ਅੰਦਰੋਂ ਆਣ ਕੇ ਇਹਨੇ ਅੰਦਰੋਂ ਆਉਂਦੇ ਹਰ ਇਹਨੇ ਸਾਡੇ 'ਤੇ ਗੋਲੀਆਂ ਚਲਾਉਣ ਲੱਗ ਪਿਆ ਇਹਦੇ ਆਣ ਕੇ ਇਹਨੇ ਇਹਦੇ ਮਾਰੀ ਆ ਉਹ ਅਸੀਂ ਆ ਸਾਡਾ ਰੱਬ ਬਚਾ ਗਿਆ ਸਾਨੂੰ ਅਤੇ ਪਰ ਉਹਨੇ ਆਪਦੇ ਨੂੰ ਕੋਈ ਸਕਸ਼ ਨਹੀਂ ਛੱਡੀ ਮੁੜ ਕੇ ਤਾਂ ਵੀ ਲਲਕਾਰੇ ਮਾਰਦਾ ਰਿਹਾ 6 ਦੇ 6 ਕੱਢੇ ਆ ਉਹਨੇ ਨਾ ਪਸਤੌਲ ਆਪਦਾ ਨਹੀਂ ਇਹਦਾ ਪਸਤੌਲ ਇਹਦਾ ਇਹਨੂੰ ਆ ਕੇ ਆ ਬਾਂਹ ਖੜੀ ਕਰਕੇ ਆਖਦੇ ਇਹਦਾ ਜੇ ਪਸਤੌਲ ਆ ਇਹਨੇ ਸਾਡੇ ਪਿੰਡ 'ਚ ਕਿੰਨੇ ਪੈਸੇ ਖਾਧੇ ਮੈਂ ਆਹਨਾ ਸਾਰੇ ਦੇ ਦੱਸਦਾ ਆਹੋ ਇਹਨੇ ਜੇ ਗਿਣ ਲਓ ਕਿ ਕਿਸੇ ਨੂੰ ਕਣਕ ਨਹੀਂ ਕਿਸੇ ਦਾ ਕੋਠਾ ਨਹੀਂ ਕਿਸੇ ਦਾ ਕੁਛ ਨਹੀਂ ਕੀਤਾ ਉੱਤੋਂ ਹਾਂਕੜਬਾਜੀ ਇੰਨੀ ਜ਼ਿਆਦਾ ਰਾਤ ਨੂੰ ਇਹ ਆ ਕੇ ਚਾਹਵਾਂਗੇ ਕਿ ਜਾਣੇ ਨੂੰ ਸ਼ਰਾਬ ਨਾਰੇ ਲਾਉਂਦਾ ਰਹਿੰਦਾ ਅਸੀਂ ਨਹੀਂ ਵੋਟ ਆਉਂਦੇ ਅਸੀਂ ਵੀ ਪਿੰਡਾਂ ਜਾਂਦੇ ਆ ਕੱਲ੍ਹ ਗਿਆ ਤੇ ਕਾਂ ਦੂਜੇ ਪਾਰਟੀ ਆਉਂਦੇ ਇਹ ਕਦਕ ਚਾਂਗਰਾ ਮਾਰਦਾ ਜੀ ਪੁਲਿਸ ਅਸੀਂ ਇਹੋ ਮੰਗ ਕਰਦੇ ਸਾਨੂੰ ਜਲ ਵਧੀਆ ਸਾਨੂੰ ਸਾਫ ਜਲਦ ਤੋਂ ਜਲਦ ਚਾਹੀਦਾ ਜੇ ਨਾਨ ਸਾਹਿਬ ਮਿਲਿਆ ਫਿਰ ਇਹ ਗੱਲ ਵਧਣੀ ਆ ਇਹ ਤੁਹਾਨੂੰ ਆਪ ਪਤਾ ਕਿਉਂਕਿ ਇਹਨੇ ਅੱਜ ਨਹੀਂ ਕੀਤੀ ਇਹਨੇ ਸਾਡੇ ਨਾਲ ਕਈ ਵਾਰੀ ਕੀਤੀ ਸਾਡੇ ਨਾਲ ਅੱਗੇ ਵੀ ਹੋਈ ਆ ਠੀਕ ਆ ਕੀ ਗੱਲ ਹੋਈ ਆ ਜੀ ਜਿਹੜੀ ਮੇਰਾ ਨਾਮ ਜਰਨੈਲ ਸਿੰਘ ਆ ਮੈਂ ਇਸ ਪੱਤੇ ਦਾ ਵਸਨੀਕ ਆ ਇੱਥੇ ਮੁੰਡੇ ਜਿਹੜੇ ਬਾਸੂ ਦਾ ਟੱਬਰ ਆ ਇਹ 5-6 ਭਰਾ ਨੇ ਕਿੱਲਾ ਕਿੱਲਾ ਸਾਰੀ ਪੈਲੀ ਆਉਂਦੀ ਆ ਇਹ ਨਾ ਕਿ ਉਹਨਾਂ ਕੋਲ ਰਾਸ਼ਨ ਲੈਣ ਗਏ ਸੀ ਪਰਚੀਆਂ ਪਹਿਲਾਂ ਇਹਨਾਂ ਨੂੰ ਦੇ ਦਿੱਤੀਆਂ ਗਈਆਂ ਸੀ ਅਤੇ ਰਾਸ਼ਨ ਦਾ ਆਟਾ ਵਟਾ ਲਾਰਾ ਲਾਈ ਜਾਂਦੇ ਸੀ ਰਾਸ਼ਨ ਦਿੰਦੇ ਨਹੀਂ ਸੀ ਕਹਿੰਦੇ ਸੀ ਕਿ ਪਹਿਲਾਂ ਸਹੁੰ ਚੁੱਕੋ ਕਿ ਅਸੀਂ ਵੋਟ ਇਸ ਬੰਦੇ ਨੂੰ ਪਾਵਾਂਗੇ ਫਿਰ ਰਾਸ਼ਨ ਦੇਣਾ ਨਹੀਂ ਤਾਂ ਬਿਲਕੁਲ ਨਹੀਂ ਦੇਣਾ ਇਹਨਾਂ ਨੂੰ ਤੀਜਾ ਚੌਥਾ ਚੱਕਰ ਲਵਾ ਲਿਆ ਫਿਰ ਵੀ ਉਹਨਾਂ ਦਿੱਤਾ ਅੱਜ ਇਹ ਫਿਰ ਸਾਰੇ ਭਰਾ ਰਲ ਕੇ ਗਏ ਕਿ ਚਲੋ ਸਾਡਾ ਰਾਸ਼ਨ ਤਾਂ ਦਿਓ ਜਾਂ ਸਾਨੂੰ ਪਰਚੀਆਂ ਨਹੀਂ ਸੀ ਦੇਣਗੀਆਂ ਪਰਚੀਆਂ ਤੁਸੀਂ ਦੇ ਦਿੱਤੀਆਂ ਰਾਸ਼ਨ ਸਾਡਾ ਇੱਥੇ ਪਿਆ ਕੀ ਗੱਲ ਹੈ ਸਾਡਾ ਰਾਸ਼ਨ ਸਾਨੂੰ ਕਿਉਂ ਨਹੀਂ ਮਿਲਦਾ ਇਹ ਤਾਂ ਸਰਕਾਰ ਵੱਲੋਂ ਆ ਸਰਕਾਰ ਸਾਹਿਬ ਦੀ ਸਾਂਝੀ ਹੁੰਦੀ ਆ ਉਹ ਕੋਈ ਪਾਰਟੀ ਹੋਵੇ ਸਰਕਾਰ ਇਹ ਜਿਹੜਾ ਰਾਸ਼ਨ ਆ ਸਾਂਝਾ ਆ ਰਿਹਾ ਪਰ ਇਹ ਜਿਹੜੇ ਲੋਕ ਸੀ ਇਹ ਜਿਹੜਾ ਸਰਪੰਚ ਸੀ ਇਹ ਇੰਨਾ ਹੀ ਕਰਵਾਜ ਸੀ ਰਾਤ ਨੂੰ ਸ਼ਰਾਬ ਪੀ ਲੈਂਦਾ ਸੀ ਮੁੰਡੇ ਇਕੱਠੇ ਕਰਦਾ ਸੀ ਔਰ ਲਾਲਾ ਲਾਲਾ ਸਾਰੇ ਪਿੰਡ 'ਚ ਆਉਂਦਾ ਹੁੰਦਾ ਸੀ ਸਾਡੇ ਪਿੰਡ ਦੇ ਵਿੱਚ ਇਹਨੇ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ ਸਾਰੇ ਲੋਕ ਇਹਨੂੰ ਗਲੀਆਂ ਤੋਂ ਵੇਖ ਕੇ ਡਰ ਕੇ ਅੰਦਰ ਹੀ ਵੜ ਜਾਂਦੇ ਸੀ ਸਵੇਰੇ ਜਦੋਂ ਇਹ ਰਾਸ਼ਨ ਲਾਈਨ ਗਏ ਜਾਂਦਿਆਂ ਹੀ ਉਹਨਾਂ ਡਾਂਗਾਂ ਕੱਢ ਲਈਆਂ ਇੱਕ ਦੋ ਮਿੰਟ ਮਾਰਦਾ ਧੋਈ ਆ ਫਿਰ ਗਾਂਡਾ ਡਾਂਗਾ ਕੱਢ ਲਈਆਂ ਫਿਰ ਡਾਂਗਾਂ ਨਾਲ ਕੁੱਟਿਆ ਫਿਰ ਇਹ ਭੱਜੇ ਨੇ ਭੱਜੇ ਦੇ ਮਗਰੋਂ ਗੋਲੀਆਂ ਚਲਾ ਦਿੱਤੀ ਆ ਜਿਹਨਾਂ ਵਿੱਚ ਗੋਲੀ ਵੀ ਇੱਕ ਸਾਡੇ ਵੀਰ ਦੇ ਵੱਜੀ ਆ ਘੱਟ ਤੋਂ ਘੱਟ ਜਿੰਨਾ ਰਿਵਾਲਵਰ ਆ ਸਾਰਾ ਖਾਲੀ ਹੋ ਗਿਆ ਬਾਅਦ ਦੇ ਵਿੱਚ ਗੋਲੀਆਂ ਫਿਰ ਪਾਉਂਦਾ ਉਹਨੇ ਚਿਰ ਨੂੰ ਜਨਤਾ ਇੰਨੀ ਇਕੱਠੀ ਹੋ ਗਈ ਸਾਰੇ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਇਹਦੇ ਵਿੱਚ ਹਾਂਜੀ ਸਰਪੰਚ ਕੀ ਨਾਮ ਆਪਣਾ ਜੀ ਹਰਦੇਵ ਸਿੰਘ ਮਾਲਾ ਸਰਪੰਚ ਜੀ ਇੱਕ ਤੁਹਾਡੇ ਪਿੰਡ ਦੇ ਰਜਿੰਦਰ ਸਿੰਘ ਆ ਕੇ ਉਹਨਾਂ ਨੇ ਤੁਹਾਡੇ 'ਤੇ ਦੋਸ਼ ਲਾਇਆ ਕਿ ਅਸੀਂ ਉਹਨਾਂ ਤੁਹਾਡੇ ਘਰ ਕਣਕ ਲੈਣ ਗਏ ਸੀ ਅਤੇ ਤੁਸੀਂ ਉਹਨਾਂ ਨੂੰ ਅੱਗੋਂ ਕੁੱਟਮਾਰ ਕੀਤੀ ਨਾਲ ਉਹਨਾਂ ਦੇ ਗੋਲੀਆਂ ਮਾਰੀਆਂ ਅਤੇ ਸੱਟਾਂ ਲਾਈਆਂ ਇਹ ਬੇਬੁਨਿਆਦ ਆ ਜਿੰਨੇ ਵੀ ਹੈਗਾ ਮਤਲਬ ਜਿਹੜੇ ਆ ਲਾਏ ਇਲਜ਼ਾਮ ਬੇਬੁਨਿਆਦ ਆ ਜੀ ਅਤੇ ਨਾ ਤਾਂ ਇਹਨਾਂ ਦਿਨਾਂ 'ਚ ਕੋਈ ਕਣਕ ਦਾ ਹੈਗਾ ਹੀ ਆ ਕੰਮ ਅਤੇ ਨਾ ਇਹ ਸਾਡੇ ਕਾਂਗਰਸ ਪਾਰਟੀ ਦੇ ਬੈਨਰ ਲੱਗੇ ਸੀ ਝੰਡੇ ਲੱਗੇ ਸੀ ਅਤੇ
बैनर लगे झंडे लगे ही वो साढ़े झंडे लाउन दए ही बैनर लाए इन्होंने साढ़े नाल आ जिसे गोली बजी आ उन्हें डकिया तो उन्होंने भी गल पै गए मुड़ के ये बेचारे सानू मैनू घर जाके दस आए तो नाल ही भी पंजी बंदे आ गए नाले सानू मेरी माता सट्टा लातियां नाले उहदे मेरे मैंबर आ बलवीर सिंह सन ऑफ दयाल सिंह ये पैर च गोली ठोगी आ मेरे भरा दियां पसलियां टुट गईयां आ मेरी माता दे बट मारे आ सुखजिंदर सिंह जिहड़ा पीए ये मेजर सिंह इन्हें मारे आ एक हरमीत सिंह आ इन्हां तिना चौं जणिआं ने आ गए छे दियां छे गोलियां साढ़े घर आ गए चला के गए आ महा बचे हाँ अंदर जिहड़ा बूहे बावे ढोगे बचे हाँ जी अहीं ते साढ़े कोल दसो जे मेरा कितें लसेंस होवे जे मेरे को हथियार हो जिथो मर्जी वेरीफाई कर सकते जो नजायज हथियार गट्टावा जिद जिथे मर्जी आ गोलियां वेख लो गट्टे दियां कि कीदियां आ गए गोलियां तो यह चला के गए हाँ जी गोलियां तो यह घरें आ गए चला के गए साढ़े तो सारे जी मारते लगे ही छे दियां छे ही साढ़े घर आके गोलियां चलाईया फिर पाइया उतों कढ के साढ़े घर ही सुट गए इतों फिर पाइया आ गए हाँ जी जी वो जाति सूचक कुत्तिया सांसिया कुत्तिया सांसिया बाहर निकल आए कर कुत्तिया सांसिया जाति सूचक जिहड़े शब्द बोले आ सानू रिजल्ट मिलना है एस सी एक्ट का जो भी यदा मतलब कार्रवाई बनती है वो जरूर होनी चाहिए आ यह जाति सूचक गला बहुत ज्यादा कढ़िया सांसिया करके केड़ी पार्टी नू बिलोंग कर मैं कांग्रेस पार्टी नू बिलोंग करदा जी मैं कांग्रेस पार्टी वो अकाली दल दे बंदे आ जी हाँ जी अकाली दल नू बिलोंग गलबात करते हैं उन्होंने तो जानते हैं कि मामला है कि है इस संबंधी की कार्रवाई अमल में लिया जा रही है सत श्री अकाल जी मुसलमान जी जी घटना हुई है ये की प्रेमिया पे सी तुहानूं बारे समझ लगी है ये जी दोवां पार्टियां का इत्थे झगड़ा होया इन्हां दे हुण मैं मौके ते पहुंचा वा दोवां धिरां तों पुछगिछ कर रहे हैं जो ये जिहड़ा इस पार्टी का एलीगेशन आ भी साडे असीं कणक लैण कणक दीआं पर्चियां लैण गए सीगे उत्थे इन्हां दा लड़ाई झगड़ा होया इस नूं इन्हां दी जिहड़ा वा जो इन्हों की एम एल आर मुताबिक जो इन्हों के बयान मुताबिक कार्रवाई होगी असं अमल च लिया सर जी ये कोई फायर आर्म वगैरह भी यूज होते उन्होंने एलीगेशन लगाए मौके तो जो खोल जे बराबद हुए उसमें असं तस्दीक करके जो बनता सही अभी करा ये फायर आर्म जरा किसी आर्मी परसनल का है ये बारे जो कुछ नहीं कह सकते अपना उसमें आप तस्दीक करा भी वो फायर आर्म जी खोल आए कितों ने जिसके भी खोल हो जिसे भी होने खिलाफ़ कार्रवाई की जाएगी हुण इस संबंधी जिहड़े आ बंदे उह हस्पताल दे विच दाखल करवाए जा चुके हां जी हां जी हस्पताल दे विच दाखल हो गए ने जो एम एल आर मुताबिक उन्हां दे बयान मुताबिक ते जो वेरीफिकेशन